ਸਮਾਰਟ ਫਾਰਮਿੰਗ 'ਤੇ ਵੈਲਕਮ ਆ। ਅੱਜ ਤੁਹਾਨੂੰ ਮਿਲਾ ਰਿਹਾ ਸਿਮਰਜੀਤ ਸਿੰਘ ਬਰਾੜ। ਇਹ ਵੀਰ ਪੜ੍ਹਾਈ ਤੋਂ ਬਾਅਦ ਇਸਨੇ ਜਿਹੜਾ ਇਹ ਕੰਮ ਸ਼ੁਰੂ ਕੀਤਾ। ਵੀਰ ਜੀ, ਇਹ ਗੱਡੀ ਬਾਰੇ ਤੁਸੀਂ ਕਿਵੇਂ ਇਹਨੂੰ ਤਿਆਰ ਕਰ ਰਹੇ ਹੋ ਅਤੇ ਕਿਹੜਾ ਕਿਹੜਾ ਸਿਸਟਮ ਲਾ ਰਹੇ ਹੋ? ਇਹ ਗੱਡੀ ਕਿਹੜੀ ਹੈ, ਥੋੜ੍ਹਾ ਜਾਣਕਾਰੀ ਦਿਓ। ਇਹ ਸੈਂਟਰੋ ਕਾਰ ਹੈ ਜੀ, ਪੈਟਰੋਲ ਵਾਲੀ ਸੈਂਟਰ ਸੀਗੀ ਇਹ। ਅੱਛਾ, ਹੁਣ ਇਹ 'ਚ ਇੰਜਨ ਕੱਢਤਾ ਜੀ, ਦੇਖੋਗੇ ਇੰਜਨ ਹੈ ਨਹੀਂ ਇਹ 'ਚ। ਓਕੇ, ਇੰਜਨ ਕੱਢ ਕੇ ਚਾਹ ਇਲੈਕਟ੍ਰੋਨਿਕ ਸਿਸਟਮ ਲਾਤਾ ਜੀ, ਫਰੰਟ ਵੀਲ ਇਹ ਡਰਾਈਵ ਆ, ਆਹ ਮੋਟਰ ਲੱਗੀ ਹੋਈ ਇਲੈਕਟ੍ਰੋਨਿਕ। ਓਕੇ, ਤਾਂ ਇਹ ਹੁਣ ਇਸ ਤੋਂ ਬਾਅਦ ਇਲੈਕਟ੍ਰਿਕ ਚੱਲੂਗੀ। ਇਹ 'ਚ ਗੇਅਰ, ਇੰਜਨ, ਆਇਲ ਵਗੈਰਾ ਸਾਰਾ ਕੁਛ ਇਹਦਾ ਰਿਮੂਵ ਹੋ ਗਿਆ। ਹੁਣ ਇਹ ਸਰਵਿਸਲੈਸ ਗੱਡੀ ਬਣ ਜੂਗੀ, ਇੱਕ ਇਲੈਕਟ੍ਰਿਕ ਜਿਹਦੀ ਰੇਂਜ ਹੈਗੀ ਆ 150 ਕਿਲੋਮੀਟਰ ਤੱਕ ਦੀ। ਓਕੇ, ਅਤੇ ਵਿਦ ਏਸੀ ਹੀਟਰ, ਆਹ ਕੰਟਰੋਲ ਸਿਸਟਮ ਆ ਜੀ, ਇਹਦਾ ਕੰਟਰੋਲਰ ਆ ਇਹ ਜਿਹੜਾ ਉਹਨੂੰ ਮੈਨੇਜ ਕਰਦਾ। ਓਕੇ, ਅਤੇ ਆਹ ਇਹਦਾ ਸਿਸਟਮ ਆ ਗਿਆ ਜਿਹਦਾ ਏਸੀ ਅਲਟੀਨੇਟਰ ਮੋਟਰ, ਇਹਦਾ ਸਿਸਟਮ ਏਸੀ ਹੀਟਰ ਵਗੈਰਾ ਹੋ ਗਿਆ, ਇਹਦਾ ਜਿਹੜਾ ਸਿਸਟਮ ਏ ਟੂ ਜੈਡ ਹੁੰਦਾ, ਜਿੱਦਾਂ ਆਪਣੀ ਪੈਟਰੋਲ ਵਾਲੀ ਕਾਰ 'ਚ ਚੱਲਦਾ ਸੀ ਸੈਂਟਰ 'ਚ, ਉੱਦਾਂ ਰੀਜਨ ਵਾਲੀ ਸਾਰਾ ਕੁਛ ਚੱਲੂਗਾ ਜੀ। ਓਕੇ, ਪਾਵਰ ਵਿੰਡੋ ਇਹਦੀਆਂ, ਇਹਦੇ 'ਚ 12 ਵੋਲਟ ਬੈਟਰੀ ਲਾਉਣੀ ਆ, ਆਹ ਅਲਟੀਨੇਟਰ ਦਿੱਤਾ ਇਹਨੂੰ 12 ਵੋਲਟ ਕੰਮ ਕਰਨ ਵਾਸਤੇ, ਆਹ ਮਗਰ ਇਹਦੇ ਆਇਲ ਪ੍ਰੈਸ਼ਰ ਆ। ਓਕੇ, ਜਿਹੜਾ ਪਾਵਰ ਸਟੇਅਰਿੰਗ ਇਹਦਾ ਉਸੇ ਤਰ੍ਹਾਂ ਹੀ ਕੰਮ ਕਰੂਗਾ। ਓਕੇ, ਪਾਵਰ ਬ੍ਰੇਕ, ਅਤੇ ਆਹ ਉੱਤੇ ਕੰਪਰੈਸ਼ਰ ਲੱਗਿਆ ਹੋਇਆ, ਇਹ ਏਸੀ ਨੂੰ ਕੰਮ ਕਰੂਗਾ। ਵਿੱਚੋਂ ਗੱਡੀ ਤੁਸੀਂ ਦੇਖ ਸਕਦੇ ਹੋ, ਜਮਾਂ ਸੇਮ ਆ ਜੀ, ਬਿਲਕੁਲ ਉਹ ਤੁਸੀਂ ਦੇਖੋਗੇ ਜੀ। ਕਲਾਚੇ ਦਾ ਰਿਮੂਵ ਹੋ ਚੁੱਕਿਆ, ਓਨਲੀ ਥੱਲੇ ਰੇਸ਼ ਰਹਿ ਗਈ ਜੀ, ਇਕੱਲੀ ਰੇਸ਼ ਅਤੇ ਬ੍ਰੇਕ। ਓਕੇ, ਅਤੇ ਪਾਵਰ ਵਿੰਡੋ ਸਾਰਾ ਸਿਸਟਮ ਓਰੀਜਨਲ ਉੱਦਾਂ ਹੀ ਕੰਮ ਕਰਦਾ ਜੀ ਇਹਦਾ। ਉਹ ਸ਼ਾਇਦ ਹੁਣ ਬੈਟਰੀ ਤਾਰ ਉਤਰ ਲੈਂਗਾ, ਮੈਂ ਵੈਸੇ ਇਹਦਾ ਸਾਰੇ ਦਾ ਸਾਰਾ, ਆਹ ਜਿਹੜਾ ਗੇਅਰ ਲੱਗਿਆ ਦੇਖਦੇ ਤੁਸੀਂ, ਹਾਂਜੀ, ਇਹ ਨੋਰਮਲ 1-2-3 ਵਾਲੇ ਗੇਅਰ ਉਹ ਨਹੀਂ ਆ ਗਏ ਜੀ ਗੱਡੀ ਵਾਲੇ, ਇਹ ਸਿਰਫ ਹਾਈ ਲੋ ਆ ਇਹਦਾ। ਓਕੇ, ਹਾਈ ਲੋ ਦੇ ਵਿੱਚ ਹੀ ਕੰਮ ਕਰੂਗਾ। ਠੀਕ ਹੈ, ਅਤੇ ਬੈਟਰੀ ਕਿਹੜੀ ਇਹਦੇ 'ਚ ਰੱਖ ਰਹੇ ਹੋ ਵਿੱਚ? ਬੈਟਰੀ ਉਹ ਮਗਰ ਪਈ ਹੈ ਜੀ, ਇਹਦੇ 'ਚ ਰੱਖਣ ਵਾਲੀ ਬੈਟਰੀ ਲੀਥੀਅਮ ਫੋਸਫੇਟ ਬੈਟਰੀ ਹੈ ਜੀ, ਉਹ ਡਬਲ ਟੈਸਟਰ ਬੈਟਰੀ ਪਈ ਹੈ ਜੀ ਆਹ ਵਾਲੀ। ਆਹ ਬੈਟਰੀ ਨੇ ਇਹਦੇ ਵਿੱਚ ਲੱਗਣਾ ਸੀ, ਜਿਹੜਾ ਇਹਨੂੰ ਤਕਰੀਬਨ 150 ਕਿਲੋਮੀਟਰ ਲੈ ਕੇ ਜਾਊਗਾ। ਆਹ ਇਹਦਾ ਕੰਡਕਟਰ ਆ ਗਿਆ ਜੀ। ਤੇ ਇਹਨੂੰ ਚਾਰਜ ਕਿੰਨੇ ਟਾਈਮ 'ਚ ਬੈਟਰੀ ਹੋ ਜਾਂਦੀ ਆ? ਇਹ 4 ਘੰਟਿਆਂ 'ਚ ਫੁੱਲ ਚਾਰਜ ਹੋ ਜੂਗੀ ਜੀ। 4 ਘੰਟਿਆਂ 'ਚ ਫੁੱਲ ਚਾਰਜ ਹੋ ਜੂ, ਤੇ 150 ਕਿਲੋਮੀਟਰ ਗੱਡੀ ਚੱਲੂ? ਵਿਦਆਊਟ ਏਸੀ, ਜੇ ਏਸੀ ਚਲਾਉਣਾ ਫਿਰ 100 ਕਿਲੋਮੀਟਰ ਜਾਊਗੀ ਜੀ। ਓਕੇ, ਜੇਕਰ ਏਸੀ ਨੂੰ ਯੂਜ ਕਰਨਾ ਆਪਾਂ ਤਾਂ ਫਿਰ ਇਹ 100 ਕਿਲੋਮੀਟਰ ਚੱਲੂ, ਜੇ ਵਿਦਆਊਟ ਏਸੀ ਚੱਲਣਾ ਹੈ ਤਾਂ 150 ਕਿਲੋਮੀਟਰ ਇਹ ਗੱਡੀ ਸਫ਼ਰ ਤੈਅ ਕਰੂਗੀ। ਔਰ ਦੂਸਰਾ, ਇਹ ਜਿਹੜਾ ਹੈਗਾ ਇਹ ਜਦੋਂ ਆਪਾਂ ਇਹਨੂੰ 4 ਘੰਟਿਆਂ 'ਚ ਚਾਰਜ ਕਰਦੇ ਹਾਂ ਤਾਂ ਬਿਜਲੀ ਕਿੰਨੀ ਕੁ ਇਹ ਖਾਂਦੀ ਹੈ? ਇਹ 4-5 ਯੂਨਿਟਾਂ ਲਾਈਟ ਆਰਾਮ ਲੱਗਣ ਲੱਗ ਜਾਂਦੀ ਹੈ ਜੀ। 4-5 ਯੂਨਿਟ ਲਊਗੀ ਵੀਰੇ, 4-5 ਯੂਨਿਟ ਨਾਲ ਤੁਸੀਂ ਇਹ ਦੇਖੋ ਕਿ ਮੋਟਾ ਮੋਟਾ ਆਪਣਾ 150 ਕਿਲੋਮੀਟਰ ਗੱਡੀ ਚੱਲ ਸਕਦੀ ਹੈ। ਤਾਂ ਇਹ ਵੀਰ ਦੀ ਜਿਹੜੀ ਹੱਥਾਂ ਦੀ ਮਿਹਨਤ ਆ ਤੁਹਾਨੂੰ ਦਿਖਾ ਰਿਹਾ। ਇੱਕ ਛੋਟਾ ਜਿਹਾ ਕਿਸਾਨ ਆ ਅਤੇ ਕਿਸਾਨ ਦੇ ਬੱਚੇ ਨੇ ਫੌਰਨ ਨੂੰ ਨਾ ਪਹਿਲ ਦਿੰਦੇ ਹੋਏ ਘਰ 'ਚ ਰਹਿ ਕੇ ਮਾਤਾ ਪਿਤਾ ਦੀ ਸੇਵਾ ਕਰਕੇ, ਇਸ ਦਾਦਾ ਉਹਨਾਂ ਦੇ ਨੇ ਅਤੇ ਆਪਦੇ ਪਰਿਵਾਰ ਦੀ ਕਹਿੰਦਾ ਮੈਂ ਮਤਲਬ ਸੇਵਾ ਲਈ ਇੱਥੇ ਲੋਕਲ ਰਿਹਾ, ਮੇਰੇ ਜਿੰਨੇ ਵੀ ਦੋਸਤ ਆ ਸਾਰੇ ਫੌਰਨ ਜਾ ਚੁੱਕੇ ਆ। ਅਤੇ ਇਸ ਪਿੰਡ 'ਚ ਕਹਿੰਦੇ ਜੇ ਮੰਨ ਲਓ 70 ਘਰ ਕਿਹਾ ਸੀ ਬਾਈ ਜੀ, 65 ਘਰ ਆ, ਅਤੇ 65 ਘਰਾਂ 'ਚੋਂ ਕਿੰਨੇ ਕੁ ਬੱਚੇ ਚਲੇ ਗਏ ਬਾਹਰ? 65 ਪਰਿਵਾਰ ਨੇ ਟੋਟਲ ਇਸ ਘਰ ਪਿੰਡ ਦੇ ਵਿੱਚ, ਅਤੇ ਉਹਦੇ ਵਿੱਚੋਂ 30 ਬੱਚੇ ਜਿਹੜੇ ਆ ਉਹ ਫੌਰਨ ਚਲੇ ਗਏ ਆ, ਕਿਉਂਕਿ ਅੱਜ ਕੱਲ੍ਹ ਉਹ ਕਰੇਜ਼ ਚੱਲ ਰਿਹਾ ਨਾ ਬਾਹਰ ਜਾਣ ਦਾ। ਪਰ ਇਸ ਵੀਰ ਨੇ ਕਿਹਾ ਨਹੀਂ, ਮੈਂ ਇੱਥੇ ਹੀ ਰਹੂੰਗਾ ਔਰ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਮੈਂ ਮਿਹਨਤ ਕਰੂੰਗਾ। ਓਕੇ, ਆਪਣੀ ਜਾਣਾ ਜੀ, ਮੈਨੂੰ ਬਹੁਤ ਬੰਦੇ ਕਹਿੰਦੇ ਆਪ ਜਾ, ਮੈਂ ਆਪਣੀ ਜਾਣਾ, ਇੱਥੋਂ ਗੱਡੀਆਂ ਜਾਣ ਲਾ ਦੂੰਗਾ, ਅਤੇ ਆਹ ਗੱਡੀ ਮੇਰੀ ਆਸਟ੍ਰੇਲੀਆ ਜਾਣੀ ਹੈ ਪਹਿਲੀ। ਓਕੇ, ਆਹ ਵੀਰ ਜੀ ਦੇਖੋ ਸਟੀਅਰਿੰਗ ਦੂਜਾ ਆ ਗਿਆ ਜੀ, ਲੈਫਟ ਹੈਂਡ ਸਾਈਡ ਸਟੀਅਰਿੰਗ ਦੇਖੋ, ਲੈਫਟ ਹੈਂਡ ਸਾਈਡ ਆ, ਔਰ ਇਹ ਗੱਡੀ ਚੈਸੀ ਆਪ ਇਹਨਾਂ ਨੇ ਤਿਆਰ ਕੀਤੀ ਆ, ਅਤੇ ਇਹ ਆਸਟ੍ਰੇਲੀਆ ਜਾ ਰਹੀ ਆ ਇੱਕ ਫਾਰਮ ਦੇ ਵਿੱਚ ਚੱਲਣ ਲਈ। ਇਹ ਚੱਲਦੀ ਫਿਰਦੀ ਇੱਕ ਵਰਕਸ਼ਾਪ ਬਣੂਗੀ, ਆਹ ਇਹਦੇ ਦਰਾਜ਼ ਆ ਗਏ ਜੀ ਦੋਨੇ। ਓਕੇ, ਇਹਦੇ 'ਚ ਟੂਲ ਕਿੱਟ ਡਬਲ, ਜਿਵੇਂ ਉੱਧਰ ਜੰਪ ਸਟਾਰਟ ਕਰਦੇ ਆ ਉੱਧਰ ਲਿਆ ਨੂੰ ਜ਼ਿਆਦਾ ਨੌਲੇਜ ਹੋਊਗੀ ਆਪਣੇ ਨਾਲ, ਗੱਡੀਆਂ 'ਚ ਡਬਲ ਬੈਟਰੀ ਲੱਗੂਗੀ ਇਹਦੇ ਮਗਰ ਰੱਖੀ ਜਾਊਗੀ ਇੱਕ। ਓਕੇ, ਗੱਡੀ ਰਾਸਤੇ 'ਚ ਖਰਾਬ ਆ ਇਹਨੂੰ ਟੋਇੰਗ ਹੁੱਕ ਲੱਗ ਜਾਣੀ ਆ ਮਗਰ ਇਹਦੇ, ਐਮਰਜੈਂਸੀ ਗੱਡੀ ਖਿੱਚ ਕੇ ਲਿਆਉਣੀ ਆ, ਇਹਦੇ ਉੱਪਰ ਵੀ ਪਲੇਟਫਾਰਮ ਬਣਿਆ ਹੋਊਗਾ। ਓਕੇ, ਉਹਨਾਂ ਦੀ ਕੋਸ਼ਿਸ਼ ਆ ਕਿ ਜੇ ਆਪਣਾ ਪ੍ਰੋਜੈਕਟ ਉੱਧਰ ਉਹਨਾਂ ਦਾ ਸਕਸੈਸਫੁਲ ਜਾੜਾ ਤਾਂ ਅਗਲੀ ਗੱਡੀ ਆ ਜਿਹੜੀ ਤਿਆਰ ਕਰਨੀ ਉਹ ਏਅਰਪੋਰਟ 'ਤੇ ਚੱਲਣੀ ਆ। ਵੈਰੀ ਗੁੱਡ, ਜਹਾਜ਼ਾਂ ਦੇ ਵਿੱਚ ਤੁਸੀਂ ਇਹ ਦੇਖੋ ਕਿ ਵੀਰ ਦਾ ਕਹਿਣਾ ਹੈ ਕਿ ਮੈਂ ਆਪ ਨਹੀਂ ਜਾਣਾ, ਮੇਰੀਆਂ ਗੱਡੀਆਂ ਜਾਣਗੀਆਂ ਫੋਰਨ ਬਾਹਰਲੀਆਂ ਕੰਟਰੀਆਂ 'ਚ, ਅਤੇ ਇਹ ਸੁਪਨਾ ਹੈ ਵੀਰ ਦਾ ਔਰ ਸੁਪਨਾ ਸਾਕਾਰ ਹੋ ਰਿਹਾ ਹੈ। ਤੁਸੀਂ ਇਹ ਦੇਖੋ ਵੀ ਜਿਸ ਇਹ ਗੱਡੀ ਕਿਹੜੇ ਆਸਟ੍ਰੇਲੀਆ ਲਈ ਜਾ ਰਹੀ ਆ, ਹਾਂਜੀ ਆਸਟ੍ਰੇਲੀਆ ਜਾ ਰਹੀ ਹੈ, ਇਹ ਗੱਡੀ ਆਸਟ੍ਰੇਲੀਆ ਜਾ ਰਹੀ ਔਰ ਇਹਨਾਂ ਦੇ ਕੋਲ ਇੱਕ ਗੱਡੀ ਮੈਂ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀ ਕਿ ਤਿਆਰ ਹੋ ਰਹੀ ਹੈ, ਜਿਹੜਾ ਆਰਨੇਟ ਸਿੰਗਰ ਆ ਉਹਨੇ ਖੁਦ ਆਪ ਤਿਆਰ ਕਰਵਾਈ ਆ, ਅਤੇ ਬਹੁਤ ਸੈਲੀਬ੍ਰਿਟੀ ਵੀ ਇਹਨਾਂ ਨੂੰ ਕਾਲ ਆ ਰਹੇ ਆ ਕਿ ਜਿਹੜੇ ਆਪਦੇ ਸ਼ੂਟਿੰਗ ਲਈ ਗੱਡੀਆਂ ਜਾਂ ਮਤਲਬ ਉਹਨਾਂ ਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਪੈ ਰਹੀ ਆ ਤਾਂ ਬ੍ਰਦਰ ਕੋਲ ਕਾਲ ਆ ਰਹੇ ਆ,
और बुकिंग भी आ रही है, तो तुसी भी जदों भी कितने लंघते टपते, ये कोटली अबलू पिंड आ जिथे मतलब श्री मुक्तसर साहब जिले के पैंदा है, तो पिंड दे विच एक छोटा जिहा परिवार आ, आयो तो दर्शन करो तो देख के तुहानू रूह खुश हो पूरे परिवार नू।